ਜਲੰਧਰ ਪਦਮਾਣਾ ਹਾਈਵੇ ਸਥਿਤ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਵਿੱਚ ਹੋਏ ਪੰਜਾਬ ਦੇ ਮਸ਼ਹੂਰ ਕਲਾਕਾਰ ਦਲਜੀਤ ਦੋਸਾਂਝ ਦੇ ਪ੍ਰੋਗਰਾਮ ਜਾਂ ਫਿਰ ਕਹਿ ਲਓ ਵੀ ਨਾਈਟ ਵਿਵਾਦਾਂ ਦੇ ਵਿੱਚ ਘਿਰਦੀ ਹੋਈ ਨਜ਼ਰ ਆ ਰਹੀ, ਜਿਸ ਦੇ ਚੱਲਦੇ ਹੀ ਪਗਵਾੜਾ ਪੁਲਿਸ ਨੇ ਇਸ ਨਾਈਟ ਦਾ ਆਯੋਜਨ ਕਰਨ ਵਾਲੀ ਕੰਪਨੀ ਅਤੇ ਦਲਜੀਤ ਦੋਸਾਂਝ ਨੂੰ ਚੋਪਰ ਦੇ ਵਿੱਚ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਲਿਆਉਣ ਵਾਲੇ ਚੋਪਰ ਦੇ ਡਰਾਈਵਰ 'ਤੇ ਮਾਮਲਾ ਦਰਜ ਕਰ ਲਿਆ ਗਿਆ। ਪਗਵਾੜਾ ਪੁਲਿਸ ਨੇ ਮਾਮਲਾ ਦਰਜ ਕਰਦੇ ਹੋਏ ਹਵਾਲਾ ਦਿੱਤਾ ਕਿ ਕੰਪਨੀ ਸਾਰੇ ਗਾਮਾ ਕੰਪਨੀ ਵੱਲੋਂ ਆਯੋਜਿਤ ਜਿੰਨੇ ਸਮੇਂ ਦੇ ਲਈ ਮਨਜ਼ੂਰੀ ਲਈ ਗਈ ਸੀ ਉਸ ਸਮੇਂ ਤੋਂ ਇੱਕ ਘੰਟਾ ਜ਼ਿਆਦਾ ਤੱਕ ਦਾ ਇਹ ਪ੍ਰੋਗਰਾਮ ਚੱਲਿਆ। ਨਾਲ ਹੀ ਦਲਜੀਤ ਦੋਸਾਂਝ ਨੂੰ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਵਿੱਚ ਲਿਆਉਣ ਵਾਲੇ ਚੋਪਰ ਦੇ ਡਰਾਈਵਰ, ਜਿਸ ਨੇ ਜਗ੍ਹਾ ਦੀ ਮਨਜ਼ੂਰੀ ਲਈ ਸੀ ਅਤੇ ਉਸ ਸਥਾਨ 'ਤੇ ਚੋਪਰ ਨਾ ਉਤਾਰ ਕੇ ਬਲਕਿ ਆਪਣੀ ਮਰਜ਼ੀ ਨਾਲ ਕਿਸੇ ਹੋਰ ਸਥਾਨ 'ਤੇ ਚੋਪਰ ਉਤਾਰ ਦਿੱਤਾ। ਅਜਿਹੇ ਵਿੱਚ ਦੋਨਾਂ ਹੀ ਹਾਲਾਤਾਂ ਦੇ ਵਿੱਚ SDM ਫਗਵਾੜਾ ਵੱਲੋਂ ਜਾਰੀ ਕੀਤੇ ਗਏ ਹੁਕਮਾਂ ਦੀ ਪਾਲਣਾ ਨਹੀਂ ਕੀਤੀ, ਜਿਸ ਵਜ੍ਹਾ ਦੇ ਨਾਲ ਫਗਵਾੜਾ ਪੁਲਿਸ ਨੇ ਸਾਰੇ ਗਾਮਾ ਕੰਪਨੀ ਅਤੇ ਚੋਪਰ ਦੇ ਡਰਾਈਵਰ ਦੇ ਖਿਲਾਫ਼ ਮਾਮਲਾ ਦਰਜ ਕਰ ਲਿਆ। ਸੁਭਾਸ਼ ਸ਼ਰਮਾ ਦੀ 09 TV ਦੇ ਲਈ ਰਿਪੋਰਟ। ਥੈਂਕ ਯੂ ਗਾਇਜ਼, ਲਵ ਯੂ, ਬਹੁਤ ਬਹੁਤ ਪਿਆਰ, ਬਹੁਤ ਪਿਆਰ ਸਤਿਕਾਰ, ਥੈਂਕ ਯੂ ਲਵਲੀ ਪ੍ਰੋਫੈਸ਼ਨਲ। ਕੀ ਬਣੂ ਦੁਨੀਆ ਦਾ ਬਾਦਸ਼ਾਹ ਬਾਦਲੂ।